ਖਿਲਾੜੀ ਗੱਡੀ ਖੜਲੇ ਖਿਲਾੜੀ ਗੱਡੀ ਪੁਲਿਸ ਨੇ ਉਹ ਆਪਣੇ ਰਾਹ ਤੇ ਜਾਣ ਦਿਆ ਹੈ ਇਹਨਾਂ ਸ਼ਾਹ ਖਾ ਦੇ ਪੁੱਤਰਾ ਦਾ ਕਮੈਂਡਰ ਟਰੱਕ ਨੇ ਟੱਕਰ ਮਾਰ ਕੇ ਪਲਟਾ ਤਾਂ ਈ ਰਿਕਸ਼ਾ ਆਟੋ 'ਚ ਬੈਠੀ ਮਹਿਲਾ ਹੋ ਗਈ ਟਰੱਕ ਚਾਲਕ ਤੇ ਤੱਤੀ ਵੇਖੋ ਕਿਵੇਂ ਬਾਜ਼ਾਰ 'ਚ ਕੀਤਾ ਜੰਮ ਕੇ ਹੰਗਾਮਾ ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਇੱਕ ਟਰੱਕ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ ਤੇ ਅੰਦਰ ਬੈਠੀਆਂ ਸਵਾਰੀਆਂ ਦੀ ਜਾਨ ਵਾਲ ਵਾਲ ਬਚਦੀ ਹੈ ਜਿਸ ਤੋਂ ਬਾਅਦ ਈ ਰਿਕਸ਼ਾ 'ਚ ਬੈਠੀ ਮਹਿਲਾ ਨੇ ਫਿਰ ਟਰੱਕ ਚਾਲਕ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਫਿਰ ਉਹਨਾਂ ਦੇ ਵੱਲੋਂ ਪੂਰਾ ਮਾਮਲਾ ਸ਼ਾਂਤ ਕਰਵਾਇਆ ਜਾਂਦਾ ਹੈ ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਾਲ ਵਾਲ ਵੱਡੇ ਹਾਦਸੇ ਤੋਂ ਬਚਾ ਹੋਇਆ ਤੇ ਇੱਕ ਟਰੱਕ ਦੇ ਵੱਲੋਂ ਈ ਰਿਕਸ਼ਾ ਨੂੰ ਟੱਕਰ ਮਾਰੀ ਗਈ ਸੀ ਜਿਸ ਨਾਲ ਈ ਰਿਕਸ਼ਾ ਪਲਟ ਜਾਂਦਾ ਹੈ ਤੇ ਇਸ ਦੇ ਅੰਦਰ ਬੈਠੀਆਂ ਸਵਾਰੀਆਂ ਦੀ ਜਾਨ ਵਾਲ ਵਾਲ ਬਚਦੀ ਹੈ ਤਾਂ ਟਰੱਕ ਚਾਲਕ ਦੀ ਲਾਪਰਵਾਹੀ ਤੇ ਇਹ ਮਹਿਲਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤਾਂ ਟਰੱਕ ਚਾਲਕ ਦੇ ਨਾਲ ਬਹਿਸ ਕਰਨ ਲੱਗ ਜਾਂਦੀ ਹੈ ਜਿਸ ਕਾਰਨ ਇਸ ਦੇ ਵੱਲੋਂ ਸੜਕ ਤੇ ਜੰਮ ਕੇ ਹੰਗਾਮਾ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਈ ਰਿਕਸ਼ਾ ਦੇ ਵਿੱਚ ਬੱਚੇ ਵੀ ਬੈਠੇ ਸੀ ਜਿਸ ਨੂੰ ਲੈ ਕੇ ਇਸ ਮਹਿਲਾ ਦੇ ਵੱਲੋਂ ਟਰੱਕ ਚਾਲਕ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਜਾਂਦੀ ਹੈ ਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਹਾਂਜੀ ਨੋ ਐਂਟਰੀ ਦੇ ਵਿੱਚ ਆਇਆ ਅੰਦਰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਕੀ ਕਰੋਗੇ ਹੁਣ ਲੋ ਜਿਸ ਤਰੀਕੇ ਨਾਲ ਵੇਖੋ ਆਟੋ ਦਾ ਕੀ ਹਾਲ ਕੀਤਾ ਜੀ ਰਿਕਸ਼ੇ ਦਾ ਆਪਣੇ ਉਹ ਤਾਂ ਚਲੋ ਮੈਂ ਇਹ ਨਹੀਂ ਗਲਤੀ ਆ ਜੀ ਇਹਨੇ ਨਹੀਂ ਦੇਖਿਆ ਪਿੱਛੇ ਨੂੰ ਦੇਖਣਾ ਚਾਹੀਦਾ ਹਾਂ ਬਾਕੀ ਮੈਂ ਨੋ ਐਂਟਰੀ ਦੇ ਚਲਾਨ ਕਰਾਂਗਾ ਕਾਗਜ਼ ਚੈੱਕ ਕੀਤੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਨਹੀਂ ਗਲਤੀ ਆ ਬਸ ਆ ਗਈ ਆ ਖਿਲਾੜੀ ਗੱਡੀ ਖੜਲੇ ਖਿਲਾੜੀ ਗੱਡੀ ਪੁਲਿਸ ਨੇ ਉਹ ਆਪਣੇ ਰਾਹ ਤੇ ਜਾਣ ਦਿਆ ਹੈ ਇਹਨਾਂ ਸ਼ਾਹ ਖਾ ਦੇ ਪੁੱਤਰਾ ਦਾ ਕਮੈਂਡਰ ਟਰੱਕ ਨੇ ਟੱਕਰ ਮਾਰ ਕੇ ਪਲਟਾ ਤਾਂ ਈ ਰਿਕਸ਼ਾ ਆਟੋ 'ਚ ਬੈਠੀ ਮਹਿਲਾ ਹੋ ਗਈ ਟਰੱਕ ਚਾਲਕ ਤੇ ਤੱਤੀ ਵੇਖੋ ਕਿਵੇਂ ਬਾਜ਼ਾਰ 'ਚ ਕੀਤਾ ਜੰਮ ਕੇ ਹੰਗਾਮਾ ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਇੱਕ ਟਰੱਕ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ ਤੇ ਅੰਦਰ ਬੈਠੀਆਂ ਸਵਾਰੀਆਂ ਦੀ ਜਾਨ ਵਾਲ ਵਾਲ ਬਚਦੀ ਹੈ ਜਿਸ ਤੋਂ ਬਾਅਦ ਈ ਰਿਕਸ਼ਾ 'ਚ ਬੈਠੀ ਮਹਿਲਾ ਨੇ ਫਿਰ ਟਰੱਕ ਚਾਲਕ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਫਿਰ ਉਹਨਾਂ ਦੇ ਵੱਲੋਂ ਪੂਰਾ ਮਾਮਲਾ ਸ਼ਾਂਤ ਕਰਵਾਇਆ ਜਾਂਦਾ ਹੈ ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਵਾਲ ਵਾਲ ਵੱਡੇ ਹਾਦਸੇ ਤੋਂ ਬਚਾ ਹੋਇਆ ਤੇ ਇੱਕ ਟਰੱਕ ਦੇ ਵੱਲੋਂ ਈ ਰਿਕਸ਼ਾ ਨੂੰ ਟੱਕਰ ਮਾਰੀ ਗਈ ਸੀ ਜਿਸ ਨਾਲ ਈ ਰਿਕਸ਼ਾ ਪਲਟ ਜਾਂਦਾ ਹੈ ਤੇ ਇਸ ਦੇ ਅੰਦਰ ਬੈਠੀਆਂ ਸਵਾਰੀਆਂ ਦੀ ਜਾਨ ਵਾਲ ਵਾਲ ਬਚਦੀ ਹੈ ਤਾਂ ਟਰੱਕ ਚਾਲਕ ਦੀ ਲਾਪਰਵਾਹੀ ਤੇ ਇਹ ਮਹਿਲਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਤਾਂ ਟਰੱਕ ਚਾਲਕ ਦੇ ਨਾਲ ਬਹਿਸ ਕਰਨ ਲੱਗ ਜਾਂਦੀ ਹੈ ਜਿਸ ਕਾਰਨ ਇਸ ਦੇ ਵੱਲੋਂ ਸੜਕ ਤੇ ਜੰਮ ਕੇ ਹੰਗਾਮਾ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਈ ਰਿਕਸ਼ਾ ਦੇ ਵਿੱਚ ਬੱਚੇ ਵੀ ਬੈਠੇ ਸੀ ਜਿਸ ਨੂੰ ਲੈ ਕੇ ਇਸ ਮਹਿਲਾ ਦੇ ਵੱਲੋਂ ਟਰੱਕ ਚਾਲਕ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਜਾਂਦੀ ਹੈ ਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਹਾਂਜੀ ਨੋ ਐਂਟਰੀ ਦੇ ਵਿੱਚ ਆਇਆ ਅੰਦਰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਕੀ ਕਰੋਗੇ ਹੁਣ ਲੋ ਜਿਸ ਤਰੀਕੇ ਨਾਲ ਵੇਖੋ ਆਟੋ ਦਾ ਕੀ ਹਾਲ ਕੀਤਾ ਜੀ ਰਿਕਸ਼ੇ ਦਾ ਆਪਣੇ ਉਹ ਤਾਂ ਚਲੋ ਮੈਂ ਇਹ ਨਹੀਂ ਗਲਤੀ ਆ ਜੀ ਇਹਨੇ ਨਹੀਂ ਦੇਖਿਆ ਪਿੱਛੇ ਨੂੰ ਦੇਖਣਾ ਚਾਹੀਦਾ ਹਾਂ ਬਾਕੀ ਮੈਂ ਨੋ ਐਂਟਰੀ ਦੇ ਚਲਾਨ ਕਰਾਂਗਾ ਕਾਗਜ਼ ਚੈੱਕ ਕੀਤੇ ਜਾਣਗੇ ਹੁਣ ਹਾਂਜੀ ਹਾਂਜੀ ਬਿਲਕੁਲ ਜੀ